ਪੰਜਾਬ ਹੋਰ ਯੂਟੀ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਵਿੱਚ ਚੰਡੀਗੜ੍ਹ ਕੇ ਸੈਕਟਰ 39 ਸਥਿਤ ਅਨਾਜ ਮੰਡੀ ਮੇਂ ਪ੍ਰਦਰਸ਼ਨ ਕੀਆ ਗਿਆ, ਜਿਸ ਮੇਂ ਹਜ਼ਾਰੋਂ ਸੰਖਿਆ ਮੇਂ ਕਰਮਚਾਰੀਓਂ ਨੇ ਹਿੱਸਾ ਲਿਆ ਔਰ ਪੰਜਾਬ ਸਰਕਾਰ ਕੇ ਖਿਲਾਫ ਜਮਕਰ ਨਾਅਰੇਬਾਜ਼ੀ ਕੀ। ਇਨਕਾ ਕਹਿਣਾ ਥਾ ਕਿ ਉਨਕੀ ਕਾਫੀ ਸਮੇਂ ਸੇ ਮਾਂਗੇ ਲੰਬਿਤ ਪੜੀ ਹੈ, ਲੇਕਿਨ ਸਰਕਾਰ ਉਨਕੀ ਔਰ ਧਿਆਨ ਬਿਲਕੁਲ ਨਹੀਂ ਦੇ ਰਹੀ ਹੈ ਔਰ ਆਜ ਵਹਿ ਸਰਕਾਰ ਕੇ ਆਸ਼ਵਾਸਨ ਕੇ ਬਾਅਦ ਹੀ ਯਹਾਂ ਸੇ ਆਪਣਾ ਰੋਸ ਪ੍ਰਦਰਸ਼ਨ ਖਤਮ ਕਰੇਂਗੇ, ਜਿਸਕੇ ਬਾਅਦ ਮੁੱਖ ਮੰਤਰੀ ਕੇ OSD ਸੰਦੀਪ ਬਰਾਰ ਕੇ ਨੇ ਇੰਪਲਾਈ ਯੂਨੀਅਨ ਕੇ ਸਾਥ ਬੈਠਕ ਕੀ ਔਰ ਉਨ੍ਹਾਂ ਬਤਾਇਆ ਕਿ ਮੀਟਿੰਗ 20 ਸਤੰਬਰ ਕੋ ਮੁੱਖ ਮੰਤਰੀ ਪੰਜਾਬ ਕੇ ਸਾਥ ਕਰਵਾਈ ਜਾਏਗੀ, ਤਬ ਕਹੀਂ ਜਾ ਕਰ ਉਨ੍ਹਾਂ ਆਪਣਾ ਰੋਸ ਪ੍ਰਦਰਸ਼ਨ ਖਤਮ ਕੀਆ ਔਰ ਆਸ਼ਵਾਸਨ ਮਿਲਣ ਕੇ ਬਾਅਦ CM ਕੋਠੀ ਕੇ ਘੇਰਾਵ ਕੈਂਸਲ ਕਰ ਦਿੱਤਾ ਗਿਆ। ਜ਼ਰੂਰ ਸੋਮਵਾਰ ਦੀ ਜਿਹੜੀ ਉਹ ਮੀਟਿੰਗ ਫਿਕਸ ਹੋ ਗਈ ਹੈ। ਸੋ ਇਵੇਂ ਮੈਂ ਦੱਸਣਾ ਚਾਹਾਂਗਾ ਕਿ ਪਹਿਲੇ ਜਿਹੜੀ ਆਫਰ ਲੈ ਕੇ ਆਏ ਸੀਗੇ ਉਹ ਲੈ ਕੇ ਆਏ ਸੀ ਕੈਬਨਿਟ ਸਬ ਕਮੇਟੀ ਨਾਲ। ਸੋ ਮੇਰੇ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਕੈਬਨਿਟ ਸਬ ਕਮੇਟੀ ਸਮੇਂ ਵਜੂਦ 'ਚ ਨਹੀਂ ਹੈਗੀ, ਤੁਹਾਡਾ ਭੁਲੇਖਾ, ਕਿਉਂਕਿ ਉਹਨੇ ਜਿਹੜੀ ਸੀਗੀ ਪੇ ਕਮਿਸ਼ਨ ਦੀ ਰਿਪੋਰਟ ਦੇ ਦਿੱਤੀ ਸੀ, ਉਹਨੂੰ ਸਿਰਫ ਪੇ ਕਮਿਸ਼ਨ ਦੀ ਰਿਪੋਰਟ ਵਿੱਚ ਤੋਂ ਦੱਸਿਆ ਗਿਆ ਉਹ ਬਣਾਈ ਗਈ ਸੀ। ਮੰਤਰੀ ਨੇ ਜਦੋਂ ਮੀਟਿੰਗ ਮੰਗੀ ਗਈ ਕੈਬਨਿਟ ਸਬ ਕਮੇਟੀ ਕੋਲੋਂ ਹੋਰਾਂ ਲਈ, ਤਾਂ ਉਹਨਾਂ ਨੇ ਕਿਹਾ ਸਾਡੀ ਜ਼ਿੰਮੇਵਾਰੀ ਪੂਰੀ ਹੋ ਗਈ, ਅਸੀਂ ਰਿਪੋਰਟ ਭੇਂਟ ਕਰਤੀ। ਸੋ ਫਿਰ ਉਹ ਕਹਿੰਦੇ ਕੀ ਚਾਹੁੰਦੇ ਹੋ, ਅਸੀਂ ਕਹਿੰਦੇ CM ਤੋਂ ਘੱਟ ਕੋਈ ਜਿਹੜੀ ਮੀਟਿੰਗ ਹੈ ਨਹੀਂ ਪ੍ਰਵਾਨ ਕੀਤੀ ਜਾਏਗੀ। ਸੋ ਸਟੇਜ 'ਤੇ ਉਹਨਾਂ ਨੇ CM ਸਾਹਿਬ ਨਾਲ ਗੱਲ ਕਰਕੇ ਕਿੰਨੇ ਏਜੰਡੇ ਆ, ਤੁਸੀਂ ਕਿੰਨੇ ਪੁਆਇੰਟਸ ਦਿੱਤੇ ਨੇ, ਕੀ ਪੁਆਇੰਟ ਉਹ ਵੀ ਦੱਸ ਦਿਓ ਜਰਾ। ਪੁਆਇੰਟ ਤਾਂ ਦੇਖੋ 17-18 ਪੁਆਇੰਟ ਹੈਗੇ ਆ, ਮੋਟੇ ਮੋਟੇ ਬਰੀਫ ਕਰ ਦਿਓ ਜਿਹੜੇ ਖਾਸ ਵਿੱਚ ਜਿਹੜੀ ਪੇ ਕਮਿਸ਼ਨ ਦੀਆਂ ਤਰੁੱਟੀਆਂ ਜਾਂ ਕਹਿ ਲਓ ਪੇ ਕਮਿਸ਼ਨ ਲੰਗੜਾ ਦਿੱਤਾ ਉਹਨੂੰ ਜਿਹੜਾ ਸੋਧ ਕੇ ਲਾਗੂ ਕੀਤਾ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਅਤੇ ਜਿਹੜੇ ਪੁਰਾਣੀ ਪੈਨਸ਼ਨ ਨੂੰ ਬਹਾਲ ਕੀਤਾ ਜਾਵੇ, 15-15 ਦੀ ਲੈਟਰ ਵਾਪਸ ਕੀਤੀ ਜਾਵੇ, ਜਿਹਦੇ ਅਨੁਸਾਰ ਜਿਹੜੇ ਪ੍ਰਵੇਸ਼ਨ 3 ਸਾਲ ਆ 2 ਸਾਲ ਕਰਕੇ ਪੂਰੀ ਤਨਖਾਹ ਦਿੱਤੀ ਜਾਵੇ, ਸੈਂਟਰ ਦਾ ਪੇ ਕਮਿਸ਼ਨ ਹੈ ਜਿਹੜਾ ਉਹ ਜਿਹੜਾ ਵਾਪਸ ਕੀਤਾ ਜਾਵੇ, ਜਿਹੜੀਆਂ ਤਨਖਾਹਾਂ ਰਿਵਾਈਜ਼ ਨਹੀਂ ਹੋਈਆਂ 2011 'ਚ ਅਨਰਿਵਾਈਜ਼ ਰਹਿ ਗਿਆ ਉਹਨਾਂ ਨੂੰ ਰਿਵਾਈਜ਼ ਕੀਤਾ ਜਾਵੇ, 200 ਰੁਪਇਆ ਜਜ਼ੀਆ ਟੈਕਸ ਉਹ ਜਿਹੜਾ ਉਹ ਬੰਦ ਕੀਤਾ ਜਾਵੇ। ਸੋ ਇਹੋ ਜਿਹੀਆਂ ਜਿਹੜੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਹੈਗੀਆਂ ਜੋ ਮੰਗ ਪੱਤਰ ਕਿੰਨੇ ਜਥੇਬੰਦੀਆਂ ਜੀ ਮੁਲਾਜ਼ਮ ਕਿੰਨੇ ਜਥੇ ਹੁੰਦੀਆਂ ਸੀਗੀਆਂ ਅੱਜ ਸਾਰੇ? ਦੇਖੋ ਜੀ ਇਹਦੇ ਵਿੱਚ 125-150 ਦੇ ਕਰੀਬ ਜਥੇਬੰਦੀਆਂ ਹੈਗੀਆਂ ਫਰੰਟ ਦੇ ਵਿੱਚ ਇਸ ਸਮੇਂ, ਜਾਂ ਕਹਿ ਲਓ ਵੀ 70-80% ਜਿਹੜਾ ਮੁਲਾਜ਼ਮ ਆ ਫਰੰਟ ਦੇ ਝੰਡੇ ਹੇਠ ਜਿਹੜਾ ਉਹ ਆਪਣੇ ਜਿਹੜਾ ਸੰਘਰਸ਼ੀ ਹੈ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ TV ਔਰ ਬੈਲ ਆਈਕਨ ਦਬਾਨਾ ਨਾ ਭੁਲੇ।